ਤੁਹਾਡਾ? ਮੇਰਾ ਨਾਮ ਜਗਮੇਲ ਸਿੰਘ ਜੀ। ਜਗਮੇਲ ਸਿੰਘ ਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ 'ਚ ਬੈਠਿਆ? 5 ਦਿਨ ਹੋ ਗਏ ਜੀ ਮੰਡੀ 'ਚ ਬੈਠਿਆ। ਕੀ ਕਹਿਣਾ ਚਾਹੁੰਦੇ? ਕੋਈ ਸਰਕਾਰ ਕਹਿ ਰਹੀ ਸੀ ਕਿ ਅਸੀਂ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ ਫ੍ਰੀ ਕਰਕੇ ਘਰ ਨੂੰ ਭੇਜਾਂਗੇ। ਪਤਾ ਨਹੀਂ ਸਰਕਾਰ ਕਹਿੰਦੀ ਤਾਂ ਹੈਗੀ ਜੀ, ਪਰ ਹੁਣ ਸਾਨੂੰ 5 ਦਿਨ ਹੋ ਗਏ ਨਾ, ਅਜੇ ਵੀ ਸਾਨੂੰ ਸਾਡੇ ਜਿਵੇਂ ਪਈ ਹੈ ਜਿਉਂ ਦੀ ਤਿਉਂ ਪਈ ਹੈ ਕਣਕ। ਮੌਸਮ ਖਰਾਬ ਹੋ ਚੁੱਕਿਆ, ਤੁਹਾਡੀਆਂ ਢੇਰੀਆਂ ਵੀ ਨੰਗੀਆਂ ਹੋ ਚੁੱਕੀਆਂ ਪਈਆਂ ਨੇ, ਕੀ ਲੱਗਦਾ ਤੁਹਾਨੂੰ ਵੀ ਫ੍ਰੀ ਹੋ ਜਾਓਗੇ ਤੁਸੀਂ ਜਲਦੀ? ਦੇਖੋ ਜੀ ਹੁਣ ਕੀ ਬਣਦਾ, ਮੌਸਮ ਜ਼ਿਆਦਾ ਖਰਾਬ ਹੈ ਜੀ, ਹੁਣ ਤਾਂ ਇਹਨਾਂ ਦਾ ਹੀ ਨਹੀਂ ਪਤਾ ਵੀ ਕਦ ਆਉਣ ਜਾਂ ਕਦ ਨਾ ਆਉਣ। ਜੇ ਮੌਸਮ ਤੋਂ ਪਹਿਲਾਂ 5 ਦਿਨ ਪਹਿਲਾਂ ਹੀ ਸਾਨੂੰ ਲੰਘੇ, ਹੁਣ ਗਿੱਲੀ ਹੋਈ ਤਾਂ ਕੀ ਪਤਾ ਕਿਵੇਂ ਕਰਨਗੇ। ਤੁਹਾਨੂੰ ਤੁਸੀਂ ਉੱਤੇ ਪੱਲੀਆਂ ਲਈਆਂ ਨੇ, ਕੀ ਆੜਤੀਆਂ ਵੱਲੋਂ ਕੋਈ ਜਾਂ ਮੰਡੀ ਬੋਰਡ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੈ ਤੁਹਾਨੂੰ ਇੱਥੇ ਰਹਿਣ ਸਹਿਣ? ਜੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਜੀ, ਨਾ ਕੋਈ ਤੰਬੂ ਹੈ, ਅਸੀਂ ਬਸ ਜਿਵੇਂ ਪੱਲੀਆਂ ਨਾਲੇ ਮੀਂਹ ਲੰਘੇ ਉੱਪਰ ਦੀ ਸਾਡੇ। ਲਾਲ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਹੈ ਜੀ ਤੁਸੀਂ? ਇੱਥੇ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ? ਸਾਨੂੰ 5 ਦਿਨ ਹੋ ਗਏ ਜੀ। ਕੀ ਜਿਵੇਂ ਸਰਕਾਰ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ, ਐਤਕੀ ਕਣਕਾਂ ਘੱਟ ਨਿਕਲੀਆਂ, ਸਹੀ ਗੱਲ ਹੈ, ਵੀ ਮੰਡੀ ਦੇ ਵਿੱਚ ਵੀ ਬੈਠਣ? ਹਾਲ ਤਾਂ ਜੀ ਕੁਛ ਨਹੀਂ ਪਿਆ। ਦੇਖੋ ਅਸੀਂ ਪਰੇਸ਼ਾਨ ਹੁੰਦੇ ਹਾਂ, ਪਾਣੀ ਤੋਂ ਵੀ ਹੁੰਦੇ ਹਾਂ, ਬਾਕੀ ਉਰਾਂ ਬੁਰਾਂ ਤੋਂ। ਜਦ ਕੋਈ ਧੁੱਪ ਜ਼ਿਆਦਾ ਹੁੰਦੀ ਹੈ, ਕੋਈ ਅਹੀਦਾਂ ਥੱਲੇ ਬਹਿੰਦਾ ਜੀ, ਕੋਈ ਦਰੱਖਤਾਂ ਥੱਲੇ ਬਹਿੰਦਾ, ਕੋਈ ਇੰਤਜ਼ਾਮ ਹੈ ਨਹੀਂ ਜੀ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ? ਦੇਖੋ ਜੀ ਜੋ ਅਸੀਂ ਤਾਂ ਇਹੀ ਕਹਿੰਦੇ ਵੀ ਸਾਨੂੰ ਟਾਈਮ ਸਿਰ ਘਰੇ ਭੇਜੋ, ਟਾਈਮ ਨਾਲ ਫਸਲ ਦਾ ਸਾਡਾ ਉਹ ਕਰੋ, ਛੁਟਕਾਰਾ ਕਰੋ, ਆਹ ਗੱਲ ਹੈ ਜੀ। ਪਰ ਕੁਝ ਏਜੰਸੀਆਂ ਨੇ ਜਿਹੜਾ ਕਈ ਦਿਨਾਂ ਤੋਂ ਕਿਹਾ ਕਿ ਅਸੀਂ ਕਣਕ ਨਹੀਂ ਖਰੀਦਾਂਗੇ, ਕੀ ਲੱਗਦਾ ਤੁਹਾਨੂੰ ਤੁਹਾਡੀ ਕਣਕ ਹੈ ਜਿਹੜੀ ਉਹ ਵਿਕੂਗੀ ਜਲਦੀ? ਬਾਕੀ ਹੁਣ ਕੀ ਕਹਿ ਸਕਦਾ, ਕੁਛ ਨਹੀਂ, ਉਹਨਾਂ ਰੱਬ ਦੇ ਘਰ ਦਾ ਕੀ ਪਤਾ ਜੀ। ਸਾਨੂੰ ਕਹਿੰਦੇ ਅਸੀਂ ਵੀ ਛੋਟਾ ਨਿਬੇੜਾਂਗੇ, ਆਹ ਕੰਮ ਛੋਟੀ ਜਲਦੀ ਭੇਜਾਂਗੇ, ਮੁੜ ਕੇ ਆਹ ਦਿਨ ਆ ਗਏ ਜੀ, ਹੁਣ ਖਬਰ ਉੱਤੋਂ ਕਿੰਨਾ ਟਾਈਮ ਲਾਉਣ ਨਾ ਲਾਉਣਾ।